ਇਹ ਦੇਵ ਹੈ ਸਵਾਲ ਵੱਲ ਮੱਤੀ ਵਾਲੇ ਪਾਸੇ ਤੇ ਸੱਜਣੋ ਉਧਰਲੇ ਪਾਸੇ ਹੈ ਢਿੱਲਵਾ ਪਿੰਡ ਵਾਲੇ ਪਾਸੇ ਢਿੱਲਵਾ ਦਿੱਤੀ ਤੇ ਢਿੱਲਵਾ ਦਾ ਨੌਜਵਾਨ ਇਹਨੂੰ ਕਹਿੰਦੇ ਨੇ ਇੰਦਰਜੀਤ ਲਾਓ ਬੜਾ ਵਧੀਆ ਮੁਕਾਬਲਾ ਡਬਲ ਟੱਕਾ ਸ਼ਹਿਰਾਂ ਦੇ ਪੁਆਇੰਟ ਸਾਡੇ ਪ੍ਰਬੰਧਕਾਂ ਦੀ ਰਾਮ ਦੀ ਬੇਨਤੀ ਆਈ ਹੈ ਵੀ ਜਿਹੜੇ ਖਿਡਾਰੀ ਵੀ ਤਾਂ ਨਹੀਂ ਵੇਟ ਆ ਰਹੇ ਉਹ ਕਿਰਪਾ ਕਰਕੇ ਗਰਾਊਂਡ ਤੋਂ ਬਾਹਰ ਹੀ ਰਹੇ ਤੇ ਖਿਡਾਰੀਆਂ ਦੇ ਨਾਲ ਵੀ ਨਾ ਆਇਆ ਕਰੇ ਤੇ ਹੱਥ ਵੱਧ ਕੇ ਬੇਨਤੀ ਹੈ ਲਓ ਵੀ ਇਧਰਲੇ ਪਾਸੇ ਚੱਲਿਆ ਕਬੱਡੀ ਪਾ ਕੇ ਜੀਨਾ ਜੀਨੇ ਦੀ ਕਬੱਡੀ ਪੈਂਦੀ ਫਾਈਨਲ ਮੈਚ ਦੀ ਕਬੱਡੀ ਹੈ ਦੋਨੋਂ ਟੀਮਾਂ ਕਾਫੀ ਟੀਮਾਂ ਦੇ ਵਿੱਚ ਦਿੱਤੀ ਹੈਗੀ ਹੈ ਲਾਭ ਦੇ ਹੱਕਦਾਰ ਵਧਾਈ ਦੇ ਪਾਤਰ ਸਾਰੀ ਕਬੱਡੀ ਬੈਠ ਕੇ ਸਿੱਧੂ ਸਾਹਿਬ ਇੱਕ ਮਿੰਟ ਹਾਂਜੀ ਖੇਡ ਕਮੇਟੀ ਨੂੰ ਬੇਨਤੀ ਹੈ ਕਿ ਉਹ ਟੱਕਰ ਕੋਲੇ ਚਲੇ ਜਾਵੇ ਖੇਡ ਕਮੇਟੀ ਕਿਰਪਾ ਕਰਕੇ ਜਿੱਥੇ ਮੇਰੀ ਆਵਾਜ਼ ਸੁਣਦੀ ਹੈ ਟੱਕਰ ਕੋਲੇ ਪਹੁੰਚੋ ਭਾਈ ਖੇਡ ਕਮੇਟੀ ਲਓ ਸਕਵਾਲ ਨੌਜਵਾਨ ਹੱਥ ਜੋੜੀ ਹੋਈ ਸੀ ਇੰਦਰਜੀਤ ਭੱਜਦਾ ਹੋਇਆ ਪੁਆਇੰਟ ਲੈ ਕੇ ਆਪਣੇ ਪਾਲੇ ਹੈ ਲਾਲਾ ਤੇ ਇਕਬਾਲ ਦੋਨੇ ਵੀਰ ਕਬੱਡੀ ਖੇਡਦੇ ਹੈ ਦੋ ਵੀਰ ਦੇਈ ਵੀਰ ਆਪਾਂ ਇੱਕ ਪੁੱਛੀ ਤੇ ਦੂਜਾ ਪਟਵਾਰੀ ਆਓ ਸੁਣਿਓ ਬੜਾ ਵਧੀਆ ਮੁਕਾਬਲਾ ਖੇਡ ਮੈਦਾਨ ਦਾ ਆਨੰਦ ਖੇਡਾਂ ਦੀ ਗੱਲ ਤੇ ਆਓ ਕਬੱਡੀ ਪਾਉਂਦਾ ਹੋਇਆ ਗੱਭਰੂ ਇਹ ਹੈ ਨੌਜਵਾਨ ਬੜਾ ਹੀ ਫਰਤੀਲਾ ਗੱਭਰੂ ਰੰਗ ਰੰਗੀਲਾ ਚੀਲਾ ਪੁਆਇੰਟ ਲੈ ਕੇ ਆਪਣੇ ਪਾਲੇ ਮਨੀ ਨੂੰ ਜਿਹਨਾਂ ਵੀ ਕਹਿੰਦੇ ਨੇ ਰਾਫਰ ਵੀ ਇਹ ਗੁਰਮੀਤ ਸਿੰਘ ਜੀ ਵੱਲੋਂ ਉੱਧਰ ਕਾਫੀ ਸਾਰਾ ਮਾਨ ਹੋਇਆ ਖਿਡਾਰੀ ਵੀ ਰਹਿੰਦਾ ਤੇ ਲਾ ਇਧਰਲੇ ਪਾਸੇ ਟੁੱਟ ਕੇ ਲੱਗੇ ਆ ਨੌਜਵਾਨ ਬੜਾ ਹੀ ਫਰਤੀਲਾ ਹਾਲੇ ਜੇ ਇਕੱਠੇ ਇੱਕੋ ਜਿਹਾ ਰੰਗ ਇਹ ਆ ਮਾਂ ਦਾ ਮੇਲੂ ਜਿਹੜਾ ਭੱਜਦਾ ਕਬੱਡੀ ਪਾ ਕੇ ਮੇਲੂ ਢਿੱਲਵਾ ਹੋ ਰਿਹਾ ਚੱਲ ਵੀ ਕੀ ਰਿਹਾ ਧਰਤੀ ਹੈ ਪਰ ਨਾਲ ਧਰਤੀ ਹੈ ਕਿਤੇ ਮੇਲ ਹੋਏ ਢਾਬੇ ਬੋਲਦੀ ਹੈ ਨੌਜਵਾਨੋ
ਜਿਹੜੀ ਕਬੱਡੀਆਂ ਪਾਉਂਦੀ ਹੈ, ਚਲੋ ਜਿਵੇਂ ਹੁਣ ਚੱਲੇ ਆ ਕਬੱਡੀ ਪਾਉਣ, ਇਹ ਨੌਜਵਾਨ ਜਿੰਨਾ ਇਹ ਉੱਧਰ ਜਾਫੀ ਵੀ ਕਿਸੇ ਕੋਲੋਂ ਘੱਟ ਨਹੀਂ, ਕਬੱਡੀ ਪਾਉਂਦਾ ਹੋਇਆ ਵੀ ਨੌਜਵਾਨ
ਦੇਖਭਾਲ ਕੀਤੀ ਹੋਈ ਹੈ, ਬੜਾ ਸਖਤ ਮੁਕਾਬਲਾ ਲਾਉਂਦੀ ਹੈ ਈਸੀਆਰ ਦੀ ਮੇਜ਼ਬਾਨੀ ਹੈ। ਇਧਰ ਫੇਰ ਕਬੱਡੀ ਪੌਦਾ ਹੋਇਆ ਰੇਡਰ ਨੌਜਵਾਨ, ਇਹ ਹੈ ਸੱਜਣੋ ਚੀਨਾ ਲਵੀ ਚੀਨਾ, ਬਹੁਤ ਹੀ ਵਧੀਆ ਪੁਆਇੰਟ ਲੈ ਕੇ ਭੱਜਦਾ ਹੋਇਆ ਆਪਣੇ ਪਾਲੇ ਮਾੜਾ ਵਾਲਾ ਚੀਨਾ ਚੱਲ ਵੀ ਮੇਲ ਨੂੰ ਫਿਰ ਲਾ ਵਾਲਿਆ ਦੇ
ਦੇਖਣ ਯੋਗ ਨਜ਼ਾਰਾ ਮਾਰਕੀਟ ਕਬੱਡੀ ਦਾ ਲਓ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਅੱਜ ਇਹ ਜ਼ਿੰਦਗੀ ਤੋਂ ਘੜੀਆਂ ਜਾਣਾ ਛਿੜ ਭਰਾਵੋ ਮੇਲਾ ਫਾਈਨਲ ਮੈਚ ਦਾ ਮੁਕਾਬਲਾ ਤੁਸੀਂ ਦੇਖਦੇ ਹੋ ਜਿੰਨਾ ਨੌਜਵਾਨ ਕਬੱਡੀ ਪਾਉਂਦਾ ਤੇ ਉਸੇ ਗੱਭਰੂ ਦੇ ਨਾਲ ਹੱਥ ਜੋੜੀ ਹੋ ਗਈ ਹੈ ਨੀਰੇ ਕੱਛੇ ਵਾਲੇ ਨਾਲ ਜਿੰਨਾ ਭੱਜਣ ਦੀ ਕੋਟ ਕਰਦਾ ਬਹੁਤ ਹੀ ਸਖ਼ਤ ਮੁਕਾਬਲਾ ਹੋਇਆ ਦੋਨੋਂ ਖਿਡਾਰੀਆਂ ਵਿਚਕਾਰ ਟੱਕਰ ਤੇ ਪਰ ਪੁਆਇੰਟ ਰੇਟ ਦੇ ਖਾਤੇ ਕੀ ਕ੍ਰੀਡ ਦਾ ਸ਼ਹਿਰ ਆਓ ਸ਼ਹਿਰ ਦੇ ਵੀ ਲਿਖੇ ਆ ਤੇਰੇ ਦਿਲ ਦੇ ਸੂਰਤ ਦੀ ਅਖੀਰ ਵੀ ਇੱਕ
ਇਹ ਮੇਰਾ ਜੰਗਲਾ ਪੰਜਾਬ, ਮੇਰਾ ਵਸਦਾ ਪੰਜਾਬ, ਇਹ ਪਾਵਨ ਪਵਿੱਤਰ ਧਰਤੀ, ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਦੀ, ਪੰਜ ਦਰਿਆ ਦੀ ਧਰਤੀ, ਪੰਜ ਦਰਿਆ ਦੀ ਰਾਣੀ ਜੀ ਦਾ ਸ਼ਰਬ ਤੇ ਵਰਗਾ ਪਾਣੀ। ਆਓ ਸੁਣਿਓ, ਅੱਜ ਪਾਵਨ ਪਵਿੱਤਰ ਧਰਤੀ ਹੈ ਪਿੰਡ ਮੌਤ ਦੀ ਧਰਤੀ, ਉਹ ਗੁਰੂਆਂ ਪੀਰਾਂ ਦੇ ਗਿਆਨਾਂ ਦੀ ਪ੍ਰਾਪਤ ਧਰਤੀ ਹੈ, ਜਿੱਥੇ ਬੜੀਆਂ ਦੀਪਗੜ੍ਹ ਦੀ ਸ਼ਾਨ ਗੱਭਰੂ ਚੋਬਰ ਜੱਫਾ ਮਾਰਦਾ ਹੈ।
ਪਾਸੇ ਉਹ ਡੱਕਦਾ ਗੱਭਰੂ ਕਮਾਲ ਕੀਤੀ ਹੋਈ ਹੈ, ਲਾਲੇ ਨੂੰ ਜੱਫਾ ਲਾ ਦਿੱਤਾ ਹੈ ਦੌੜਾਂ ਦੇ ਖਾਤੇ। ਇਹ ਪੁਆਇੰਟ ਗਿਆ, ਕੋਈ ਗੱਲ ਨੀ ਮਾੜਾ ਜਿਹਾ ਚੋਟ ਅੱਖ ਦੇ ਵਿੱਚ ਉਂਗਲ ਲੱਗ ਗਈ ਹੈ, ਕੋਈ ਖਾਸ ਗੱਲ ਨੀ। ਦੇਖੇ ਨੀ ਕਬੱਡੀ ਇਹੋ ਜਿਹੀਆਂ ਮਾੜੀਆਂ ਮੋਟੀਆਂ ਚੋਟਾਂ 'ਚ ਰੀਟਾਂ ਚੱਪੇ ਆਉਂਦੇ ਰਹਿੰਦੇ ਹੁੰਦੇ ਹੈ। ਨੌਜਵਾਨ ਵੀਰੋ, ਲਓ ਵੀ ਪੱਪੂ ਪੱਪੂ ਨੌਜਵਾਨ ਟੱਕਦਾ ਲੱਖੀ ਸਟੋਪਰ ਨੂੰ ਬਾਕੀ ਬਣੀ ਹੋ ਪੰਜਾਬ ਕੀਏ ਨੇ ਮੋੜਾ ਵਾਲੇ ਨੂੰ। ਤੇ ਲਓ ਵੀ ਅਗਲਾ ਮੈਚ ਫਿਰ ਧਰ ਲਓ ਗਲਾਂ ਤੇ ਹੱਥ ਨੌਜਵਾਨੋ, ਬਹੁਤ ਹੀ ਵਧੀਆ ਮੁਕਾਬਲਾ। ਹਾਂਜੀ ਧੰਨਵਾਦ ਤੋਂ ਤੁਸੀਂ ਤੱਕ ਰਹੇ ਹੋ।
ਪੱਤੇ ਨਾਲ ਦਰਾਣੇ ਦਾ ਹੱਥ ਜੁੜੇ ਹੋਏ ਸੀ ਕਿ ਪੂਰੀ ਤਿਆਰੀ ਫਿਰ ਪੈਂਦਾ ਬਲੂਕ ਸਮਾਰ ਸਿੱਧੂ ਅੱਗੇ ਦੇ ਜਦੋਂ ਖਿਡਾਰੀ ਲੋਕ ਖਿਡਾਰੀ ਖੇਡਦੇ ਨੇ ਸਾਬਲਾ ਰੰਗ ਡਾਚੀ ਵਾਲੇ ਬਰੂਜ ਦਾ ਕਾਲਾ ਰੰਗ ਸ਼ਕਤੀ ਦਾ ਬਣ ਕੇ ਲੋ ਫਿਰ ਪੱਤੋਂ ਕੋਲੇ ਖਾਈ ਸੁਣੀ ਵੀ ਹੈ ਮੁਕਾਬਲਾ ਸਖ਼ਤ ਹੋ ਗਿਆ ਹੈ ਜਲਾਲ ਵਰਗੇ ਉਹ ਜੱਫਾ ਲੱਗ ਗਿਆ ਹੈ ਲੋ ਉਹਦੇ ਪਾਸੇ ਹੱਥ ਲੱਗ ਜੁੜ ਗਏ ਨੇ ਭੋਟੀਪੁਰੇ ਦੇ ਨੌਜਵਾਨ ਦੇ ਨਾਲ ਪਰ ਪੁਆਇੰਟ ਲੈ ਕੇ ਆਪਣੇ ਵਾਲੇ ਸ਼ਿਕੰਦਰ ਭੱਜਾ ਹੋਇਆ ਸ਼ਿਕੰਦਰ ਭਗਤਾਂ
ਪੰਜਾਬੀ ਇਹ ਜੀ
ਜੀਤਦੇ ਨਾ ਤੇ ਉਹ ਪੁਆਇੰਟ ਅਰਕੜੇ ਦੇ ਕਰਦੇ ਆ ਜੀ ਅਰਕੜੇ ਜੇ ਕੋਈ ਛੋਟਾ ਬੰਦਾ ਉਹ ਦੂਰੇ ਬੈਠਾ ਹੈ ਤੇ ਸਾਰੇ ਸਟੇਜ ਦੇ ਮੂਹਰੇ ਖੱਬੇ ਪਾਸੇ ਖਾ ਦੇ ਸਟੇਜ ਦੇ ਮੂਹਰੇ ਉੱਥੇ ਆ ਕੇ ਉੱਥੇ ਖਤਮਾ ਜੀ ਆਵਾਜ਼ ਅਸੀਂ ਇੰਦਗਾ ਤਿੰਨ ਵਾਰ ਤੇ ਖਾਈ ਇਹ ਵੀ ਜਦੋਂ ਟੀਮ ਆਪਣੇ ਆਪ ਨੂੰ ਤਿਆਰ ਕਰਕੇ ਗਲੋਬਲ ਪੁੱਤਰ ਹਾਂ ਜੀ ਇੱਕ ਇਧਰਲੇ ਪਾਸੇ ਇਸ਼ਾਰਾ ਹੋ ਗਿਆ ਹੈ ਮੈਚ ਦੀ ਸਮਾਪਤੀ ਹੋਈ ਹੈ ਦੇਖੋ ਉਹ ਮੈਚ ਦੇ ਵਿੱਚੋਂ ਦੀਪਗੜ੍ਹ ਜਿੱਤੂ ਹੈ ਜੀ ਦੀਪਗੜ੍ਹ ਲੱਗ ਜਾਣੇ ਹੈ ਇਹ ਉਹਨਾਂ ਫਕੀਰਾਂ ਦੀਆਂ ਵਜ੍ਹਾ ਹੈ।
ਬਣੀ ਹੋ ਕਪੂ ਨੇ ਫੁੱਟ ਫੜਿਆ ਹੋਇਆ ਬਹੁਤ ਹੀ ਵਧੀਆ ਲੱਗਦਾ ਹੈ 60 ਕਿਲੋ ਦੀ ਟੀਮਾਂ ਲੋ ਰਹੇ ਹੋ ਦੂਰਦਾਰ ਦੇ ਧੋਗਾ ਬਹੁਤ ਹੀ ਤਗੜਾ ਮੈਚ ਹੋ ਰਿਹਾ ਹੈ ਖੜਕ ਸਿੰਘ ਵਾਲਾ ਦੇ ਦਰਾਲੇ ਨੂੰ ਲੋਕ ਜੀ ਬੈਠਣਾ ਜਦੋਂ ਨੂੰ ਤੁਹਾਨੂੰ ਆਵਾਜ਼ ਦਿੱਤੀ ਇਸ ਵਿੱਚ ਤੁਹਾਡੀ ਜਾਣਕਾਰੀ ਦੇ ਮੈਗਾ ਜਨਾਂ ਨੂੰ ਸਨਮਾਨ ਚਿੰਨ ਦੇ ਰਹੇ ਆ ਰੱਬ ਨੂੰ ਔਰ ਗੋਬਿੰਦ ਸਿੰਘ ਦੀ ਦੌੜੀ ਇਹ ਵੀ ਜਾਣੀ ਜੀ ਕਿਦਾਂ ਨਹੀਂ ਬੰਦਾ ਜਣਾ ਜਿਹੜੀ ਵੀ ਟੀਮ ਇਸ ਤਰ੍ਹਾਂ ਦਾ ਉਤਸਾਹ ਕਰੂਗੀ ਸੰਬੰਧਿਤ ਕਮੇਟੀ ਵੱਲੋਂ ਬੇਨਤੀ ਆਉਂਦਾ ਇਹੀ ਹੋਣੀ ਗੋਲ ਸਿਲਵਰ ਝਨੇਰ ਵਾਲੇ ਦਾ ਛੋਟਾ ਵੀਰ ਕਾਲਾ ਝਨੇਰ ਵਾਲਾ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੈ ਨਹੀਂ ਰਿਸ਼ਤਾ ਨੌਜਵਾਨ ਦੀਆਂ ਸਰਦਾਰ ਸਾਧੂ ਸਿੰਘ ਬਰਾੜ ਦਾ ਸ਼ਿੰਗਾਰਿਆ ਹੋਇਆ ਪੱਟਾ ਬਗੀਚਾ ਵਾਹੇ ਨੌਜਵਾਨਾਂ ਇਸ ਸਮੇਂ ਕਮਾਲ ਕੀਤੀ ਹੋਈ ਹੈ ਨੌਜਵਾਨ ਨੇ ਬਗੀਚਾ ਇੰਦ ਗੜੀਆ ਸਾਧੂ ਸਿੰਘ ਬਰਾੜ ਫੇਰ ਦਿਖਾਓ ਬਹੁਤ ਵਧੀਆ ਚੰਗੇ ਨੌਜਵਾਨ
ਰੇਂਜਗੜੀਏ ਦੇ ਨਾਲ ਮੁਕਾਬਲਾ। ਵਾਹ ਓਏ ਨੌਜਵਾਨਾਂ, ਕਮਾਲ ਕੀਤੀ ਹੋਈ ਹੈ ਨੌਜਵਾਨ ਨੇ। ਸੋ ਮੇਰੇ ਤੋਂ ਪਹਿਲਾਂ ਇਸ ਲਾਈਨ ਤੇ ਫੇਰ ਨੌਜਵਾਨ ਹਰਪ੍ਰੀਤ ਕਬੱਡੀ ਕਬੱਡੀ ਕਰਦਾ ਹੈ। ਕਹਿੰਦੇ ਆ ਵੀ ਇੱਕ ਹਰਪ੍ਰੀਤ ਵਾਵਾ ਹੋਇਆ, ਕਮਾਲ ਨੂੰ ਜੀ ਨੂੰ ਕਹਿ ਦਿੰਦੇ ਆ, ਕਮਾਲ ਨੂੰ ਜੀ ਧਰਤੀ, ਜਿਹਨਾਂ ਨੇ ਕਿ 17 ਸਾਲ ਭਾਰਤੀ ਟੀਮ ਦੀ ਕਪਤਾਨੀ ਕੀਤੀ। ਸੋ ਨੌਜਵਾਨ ਜੱਗੇ ਦੇ ਨਾਲ ਮੁਕਾਬਲਾ ਹੈ, ਜਿਹੜਾ ਦੇਖਦਾ ਵੀ ਸਿਰਨਾਮੀ ਹੈ ਨੌਜਵਾਨ ਜੱਗੇ। ਹਾਂ, ਇੰਦਗੜ੍ਹ ਮੋਗਾ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ ਹੈ ਪਿੰਡ ਹੈ ਇੰਦਗੜ੍ਹ, ਤੇ ਦੂਸਰੇ ਬੰਨੇ ਸੰਗਰੂਰ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ ਪਿੰਡ ਧੌਲਾ। ਵਾਹ ਨੌਜਵਾਨ ਨੇਰੀ ਸਾਂ, ਜਿੱਥੇ ਕਿ ਧੌਲੇ ਦੀ ਧਰਤੀ ਦੇ ਥੋੜੇ ਜਿਹੇ ਦਿਨ ਹੋਏ ਆ, ਬੜੀਆਂ ਵਧੀਆ ਕਬੱਡੀਆਂ ਪਾਈਆਂ ਦੇ ਰਿਹਾ ਤਾਂ ਤੇ ਬਾਅਦ
ਹੀ ਛੋਕਾ ਜਿਹਾ ਸਰੀਰ ਨੌਜਵਾਨ ਦਾ ਕਬੱਡੀ ਪਾਉਂਦਾ ਹੋਇਆ, ਇਹ ਗੱਭਰੂ ਨੂੰ ਕਹਿੰਦੇ ਨੇ ਗੇਜਾ। ਲਓ ਮੜਕ ਨਾਲ ਪੱਬ ਚੱਕਦਾ ਨੱਚਾ ਮੈਂ ਲੁਧਿਆਣੇ ਦੀ, ਫਿਰ ਧਮਕ ਚ ਲੰਗਰ ਪੈਂਦੀ ਹੈ। ਆਹ ਚੱਕਰੀ ਜਿਹੜਾ ਲੱਗ ਗਿਆ, ਲੋਕ ਗਲਵੱਕਰੀ ਪਾ ਕੇ ਬੈਠ ਗਏ, ਕੀ ਬਣਦਾ ਹੁਣ ਦੇਖ ਲੈ। ਮੁਕਾਬਲਾ ਸਖ਼ਤ ਹੋ ਗਿਆ ਚੋਪੜਾ, ਇਸ ਮੈਦਾਨ ਦੇ ਅੰਦਰ ਚਿੱਟੀਆਂ ਕਪਾਹ ਦੀਆਂ ਫੁੱਟੀਆਂ ਵਰਗੀ ਧੁੱਪ ਹੈ। ਅਗਲਾ ਮੈਚ ਬੜਾ ਵਧੀਆ ਹੋਣਾ। ਬਹੁਤ ਹੀ ਵਧੀਆ।
ਲਓ ਵੀ ਇਹਨੂੰ ਗਰਮੀਤ ਗੁੱਸੇ ਵਾਲਾ ਕਹਿੰਦੇ ਆ। ਆਓ ਜਵਾਨੋ, ਬਹੁਤ ਹੀ ਫਰਤੀਲਾ ਨੌਜਵਾਨ ਹੈ। ਲਓ ਵੀ ਜਗਸੀਰ ਨਾਲ ਹੱਥ ਜੋੜੀ ਹੋ ਗਈ ਹੈ, ਪਿੱਛੇ ਵਾਲੇ ਚੂਬਰ ਨਾਲ ਬੜਾ ਹੀ ਸਖ਼ਤ ਮੁਕਾਬਲਾ ਹੋ ਗਿਆ ਹੈ। ਅੰਤਰਰਾਸ਼ਟਰੀ ਖਿਡਾਰੀ ਜਗਸੀਰ ਹੈ ਤੇ ਉਤਲੇ ਪਾਸੇ ਉਹ ਵੀ ਕਿਸੇ ਕੋਲੋਂ ਘੱਟ ਨਹੀਂ। ਬਹੁਤ ਵਧੀਆ ਮੈਂ
ਆਓ ਚੁੱਪ ਰਹੋ, ਇਧਰਲੇ ਪਾਸੇ ਫਿਰ ਬੂਟਾ ਨੌਜਵਾਨ ਆਓ ਹੱਥ
ਸੋਹਣੀ ਲੱਗਦੀ, ਮਰ ਜਾਣੀ ਮਨਮੋਹਣੀ ਲੱਗਦੀ, ਉਮਰ 17-18 ਸਾਲ ਤੇ ਨੱਚ ਨੱਚ ਪਾਉਂਦੀ ਫੇਰੇ ਧਮਾਲ। ਜੇ ਤਾਂ ਧਮਾਲ ਪੈ ਗਈ ਹੈ ਤੇ ਪੁਆਇੰਟ ਸਜਣੋ ਜੁੜ ਗਏ ਦੀਪਗੜ੍ਹ ਦੇ ਸੱਤ। ਬਹੁਤ ਵਧੀਆ ਨਜ਼ਾਰਾ ਤੁਸੀਂ ਦੇਖ ਰਹੇ ਹੋ, ਮਾਰਕੀਟ ਵਧੀ ਗਿਆ, ਬੜਾ ਵਧੀਆ ਲੱਗ ਰਿਹਾ। ਨੌਜਵਾਨਾਂ ਚ ਉਮਰੋ ਆਓ, ਫਿਰ ਬੂਟਾ ਗਬਲੂ ਕਬੱਡੀ ਬਹੁਤ ਆ ਰਿਹਾ, ਬੂਟੇ ਦੀ ਕਬੱਡੀ ਚੱਲੀ ਹੈ ਬੇਹਤਰੀਨ ਮੁਕਾਬਲੇ। ਬਹੁਤ ਵਧੀਆ ਨਜ਼ਾਰਾ ਤੁਸੀਂ ਦੇਖੋਗੇ। ਖੜਕ ਸਿੰਘ ਵਾਲਾ ਮੋਚਲ ਪਿੰਡ ਬੰਗੀ ਕਲਾ ਦੀ ਪਾਵਨ ਪਵਿੱਤਰ ਧਰਤੀ ਜੀ ਲਾ, ਬਹੁਤ ਹੀ ਵਧੀਆ ਨਜ਼ਾਰਾ ਖੇਡ ਮੈਦਾਨ ਦਾ, ਬੜੇ ਵਧੀਆ ਨਾਮ ਵੀ ਉਹਨਾਂ ਨੇ ਰੱਖੇ ਨੇ। ਇਹਦਾ ਇਧਰਲੇ ਪਾਸੇ ਜਿਹੜਾ ਗਬਲੂ ਕਬੱਡੀ ਪਾਉਂਦਾ ਹੈ, ਚਾਲੋ ਇਹ ਚੋਕਰਾ, ਇਹ ਨੌਜਵਾਨ ਦੀ ਕਬੱਡੀ ਬੂਟੇ ਦੀ ਆਪਾਂ ਤੱਕਣੀ ਹੈ ਖੇਡ ਮੈਦਾਨ ਵਿੱਚ। ਸਾਰੇ ਨਗਰ ਦਾ ਸਹਿਯੋਗ ਹੈ, ਉਸ ਮਾਲਕ ਦੀ ਕਿਰਪਾ ਹੈ। ਜੇ ਪੁੱਤਰਾਂ ਦੀਆਂ ਦਾਤਾਂ ਮਾਲਕ ਕਰ ਦੇ ਸਭ ਨੂੰ, ਤੇ ਕਿ ਪੁੱਤਰ ਵਿੱਚ ਜਿਹੜੇ ਨੇ ਤੇ ਰੱਬ ਸਭ ਨੂੰ ਦੇਵੇ, ਤੇ ਧਾਰਨਾ ਮਾਵਾਂ ਜਿਹੜੀਆਂ ਇਹੋ ਜਿਹੇ ਪੁੱਤ ਜਾਂਦੀਆਂ ਤੇ ਆ ਕੇ ਗਰਾਊਂਡਾਂ ਦਾ ਸ਼ਿਕਾਰ ਬਣਦੇ ਹੈ। ਆਹ ਸੈਮੀ ਫਾਈਨਲ ਦੇ ਵਿੱਚ ਦੋ ਟੀਮਾਂ ਸ਼ਿਕਾਰ ਬਣ ਗਈਆਂ ਗਰਾਊਂਡ ਦਾ। ਸੱਜਣੋ ਇਹ ਹੈ ਅੱਜ ਇਸ ਗਰਾਊਂਡ ਦਾ ਸ਼ਿੰਗਾਰ, ਝੋਰਣ ਵਰਸ ਦੀਪਗੜ੍ਹ। ਖੜਾ ਦੀਕਦਾ ਪੱਪੂ ਨੌਜਵਾਨ, ਜਿਹਦੇ ਨਾਲ ਹੱਥ ਜੋੜੀ ਕਰਕੇ ਮੁੜਦਾ ਇਹ ਚੋਬਰ, ਬਹੁਤ ਹੀ ਵਧੀਆ ਰੇਟ ਪਾਉਂਦਾ। ਘੁੰਮ ਚੜਖਰਿਆ ਸੋਹਣਿਆ ਵੀ ਤੇਰੀ ਤੱਤਣ ਵੰਗ ਜੀਵੇ, ਇਹ ਹੈ ਜਿਹਨਾਂ ਨੇ ਸਰੀਰ ਸਾਹਮਣੇ ਖੁਰਾਕਾਂ ਖਾਧੀਆਂ। ਨਰਕਿਆਂ ਤੋਂ ਰਹਿਣ ਮਰਾਣ ਮਾਲਕਾਂ ਵਾਲੇ ਨੇ ਕਿ ਬੀਜੇਪੀ ਦਾ ਲੋੜ ਕੌਮੀ ਕਿਸੇ ਅਨੁਸਾਰ ਨੂੰ ਮੱਖਣ ਬਰਾੜ ਤੋਂ ਕੇ ਪੰਜਾਬ ਸਾਹਿਬ ਜਾਣ ਨੂੰ ਵਰਤਦਾ ਹੈ। ਕੈਨੇਡਾ ਪਿੰਡ ਮੰਨ ਕੇ ਹੈ ਭੌਰ ਦਾ ਕਣੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ। ਅੱਜ ਦਿੱਲੀ ਤੇ ਲਾਹੌਰ ਵਰਗਾ ਮੇਲ ਇਸ ਮਦਾਰ ਦੇ ਅੰਦਰ ਦੇਖੋ, ਰੱਬੀ ਰੂਹਾਂ ਕਿਵੇਂ ਤੱਕਦੇ ਨੇ ਤੇ ਇੱਧਰ ਕੀੜੀਆਂ ਵਰਗੇ ਅਣਮੁੱਲੇ ਹੀਰੇ ਮੇਰੇ ਵੀਰ ਖਿਡਾਰੀ ਆਪਣੀ ਜਵਾਨੀ ਦਾ ਜ਼ੋਰ ਦਿਖਾਉਂਦੇ ਨੇ, ਨਸ਼ਿਆਂ ਤੋਂ ਰਹਿਣ ਦੀ ਜਵਾਨੀ। ਸੱਜਣੋ ਨੌਜਵਾਨ ਵੀਰਿਓ, ਉਹ ਨਸ਼ਾ ਕਰਨਾ ਤਾਂ ਇਹੋ ਜਿਹਾ ਕਰੋ, ਆਹ ਮੁੰਡੇ ਨੇ ਕੀਤਾ, ਦੀਪਗੜ੍ਹ ਵਾਲੇ ਮੁੰਡੇ ਨੇ, ਦੇਖ ਹੁਣ ਕਿਵੇਂ ਸਿਰ ਚਿੱਟ ਕੇ ਤੁਰਿਆ ਆਉਂਦਾ। ਤੇ ਨਸ਼ਾ ਕਰਨਾ ਤਾਂ ਅਲੱਖੀ ਵਰਗਾ ਕਰੋਗੇ ਸਮਾਪਤ ਹੈ ਜੀ। ਹਾਂਜੀ, ਖੜਕ ਸਿੰਘ ਵਾਲਾ ਤੇ ਜਲਾਲ 65 ਕਿਲੋ ਦੇ ਮੈਚ ਤੋਂ ਤੁਰੰਤ ਬਾਅਦ ਜੋਰਪੁਰ ਤੇ ਭਰਨਾ ਭਾਈਗਾ ਉੱਪਰ ਦਾ ਸੈਕਿੰਡ ਰਾਊਂਡ ਦਾ ਪਹਿਲਾ ਮੈਚ ਹੈ। ਸਮੁੱਚੀ ਨਗਰ ਪੰਚਾਇਤ ਵੱਲੋਂ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੈ, ਜਿਹੜੇ ਬਹੁਤ ਹੀ ਭਰਨਾ ਸਹਿਯੋਗ ਦਿੰਦੇ ਹੈ। ਜਲਾਲ ਤੇ ਖੜਕ ਸਿੰਘ ਵਾਲਾ ਹੁਣ ਦੇਖਦੇ ਹਾਂ ਕਿਹੜਾ ਕਿਸੇ ਨੂੰ ਖੜਕਾਉਂਦਾ ਤੇ ਜਲਾਲ ਮਲ ਮਾਰਦਾ ਤੇ ਜਾਂ ਫਿਰ ਖੜਕ ਸਿੰਘ ਵਾਲੇ ਵਾਲੇ ਨੌਜਵਾਨ ਮਲ ਮਾਰਦੇ ਨੇ ਇਸ ਮੈਦਾਨ ਦੇ ਲੁਧਿਆਣੇ ਵੀ 10 ਮਿੰਟ ਦਿੱਤੇ ਜਾਂਦੇ ਆ ਜੀ ਕੋਈ ਹੱਥ ਹੈ ਨੂੰ ਲਓ ਬੜਾ ਵਧੀਆ ਮੁਕਾਬਲਾ ਲਾਉਣਾ ਚੇਤਰਾ ਕਰਾ ਲਿਆ ਗੁਰਲੀਪ ਮਾਤ ਕਲੀਆਂ ਦਾ ਬਾਦਸ਼ਾਹ ਉਹ ਐ ਵੀ ਗੱਲ ਹੈ ਨਿਆਉਣ ਵਾਲੇ ਨੇ ਮੇਰੇ ਨੇ ਲਿਖਿਆ ਨਿਆਉਣ ਵਾਲਾ ਨਵੇਲਾ ਮੇਰਾ ਵੀਰ ਹੈ ਜੀ ਕੁੜੀਓ ਜਿਹਦੇ ਨਾਲ ਹੀ ਦੁਨੀਆਂ ਉੱਤੇ ਸੀਰ ਹੈ ਜੀ ਕੁੜੀਓ ਵੀਰ ਮੇਰੇ ਦੀ ਹਰਦਮ ਸੁੱਖ ਮਨਾਉਂਦੀ ਨੀ ਕੁੜੀਓ ਪਰ ਨਜ਼ਰ ਲੱਗਣ ਤੋਂ ਕਾਲਾ ਚਿੱਕਾ ਲਾਉਂਦੀ ਨੀ ਕੁੜੀਓ ਤੇ ਲਾ ਸਜਣੋ ਇਹ ਜਿਹੜਾ ਨੌਜਵਾਨ ਇਧਰਲੇ ਪਾਸੇ ਹੈ ਇਹ ਹੈ ਜਲਾਲ ਵਾਲੇ ਗੱਭਰੂ ਤੇ ਇਧਰਲੇ ਪਾਸੇ ਟੀਮ ਹੈ ਖੜਕ ਸਿੰਘ ਵਾਲਾ ਸਮਾਜ ਵਾਲੇ ਪਾਸੇ ਤੇ ਚੱਲਿਆ ਚੋਕਰ ਸ਼ਿਕੰਦਰ ਨੌਜਵਾਨ ਸੋਹਣਾ ਸ਼ਿਕੰਦਰ ਵਰਗਾ ਗੱਭਰੂ ਹੈ ਕਬੱਡੀ ਪੌਦਾ ਹੋਇਆ ਸ਼ਿਕੰਦਰ ਦੌਲੇ ਦੇ ਦਿਲੀ ਦੀ ਗੋਰਾ ਰੰਗ ਟੱਪ ਜਾ ਮੋਰਨੀਏ ਫਿਰ ਛਾਲ ਮਾਰ ਕੇ ਖਾਰਾ ਟੱਪੇ ਉੱਪਰ ਦੀ ਨੌਜਵਾਨ ਆਓ ਸਾਹਮਣਾ ਗੀਤ ਹੈ ਖੜਕ ਸਿੰਘ ਵਾਲੇ ਦੇ ਖਾਤੇ ਹੈ ਗੁੱਡ ਜਜਮੈਂਟ ਬਹੁਤ ਹੀ ਵਧੀਆ ਸੁਲਝੇ ਹੋਏ
ਅੰਪਾਇਰ ਲਾਈਵ ਨੇ ਤੇ ਇਧਰਲੇ ਪਾਸੇ ਨੌਜਵਾਨ ਬੜਾ ਹੀ ਫਰਤੀਲਾ ਨੌਜਵਾਨ ਹੈ, ਇਹਨੂੰ ਵੀ ਲੱਖੀ ਕਹਿੰਦੇ ਆ ਸ਼ਾਇਦ ਚੁੱਟਦਾ, ਆਹੋ ਦੇਖ ਲਾ ਫਿਰ ਜਲਾਲ ਵਧੀਆ ਵੀ ਜਾਂਦਾ ਕੋਟ ਕੱਟਣ ਲੱਗਿਆ ਨੌਜਵਾਨ, ਮੁਕਾਬਲਾ ਸਖਤ ਹੋ ਗਿਆ, ਚੁਗੜੀਆਂ ਤਵੀਤ ਵੜ ਕੇ ਜੋ ਮਰਜ਼ੀ ਕਰ ਲੈ ਵੀ ਪੰਜ ਬਰਾਬਰ ਕੱਢਾਂਗੇ, ਜਿਹੜਾ ਬਰਾਬਰ ਜੱਫਾ ਲਾ ਦਿੱਤਾ ਚੁਬਰੋ, ਇਹਦਾ ਤੇ ਬਹੁਤ ਹੀ ਵਧੀਆ ਮੁਕਾਬਲਾ। ਚਲੋ ਇਹ ਸੁਣਿਆ ਇਧਰਲੇ ਪਾਸੇ ਹੁਣ ਦੇਖਦੇ ਹਾਂ ਨੌਜਵਾਨ ਕੀ ਰੰਗ ਲਿਆਉਂਦਾ, ਆਹੋ ਦੇਖਦੇ ਹਾਂ ਜਲਾਲ ਬੰਨੀਓ ਜੱਫਾ ਲੱਗ ਗਿਆ ਤੇ ਪੁਆਇੰਟ ਜਲਾਲ ਦੇਖਾ ਗਿਆ। ਫੇਰ ਆ ਕੇ ਕਹਿੰਦੇ ਵੀ ਮੈਚ ਬਹੁਤ ਵਧੀਆ, ਟਾਈਮ ਵਧਾਓ ਵਧਾਈਏ ਕਿੱਥੋਂ, ਸੂਰਜ ਦੇ ਥੱਬੀ ਦਾ ਲੱਗਦੀ ਨਹੀਂ ਕਾਰ ਦੀ ਚਾਲੇ ਚੱਲੇ ਜਾਣਾ, ਸੋ ਜਿੰਨਾ ਤੁਸੀਂ ਟਾਈਮ ਤੇ ਆ ਜਾਓਗੇ ਉਹੀ 2 ਮਿੰਟ ਤੁਹਾਨੂੰ ਵੱਧ ਮਿਲ ਜਾਣਗੇ, ਸਾਡੀ ਇਹ ਮਜ਼ਬੂਰੀ ਹੈ। ਵਾਹ ਜੀ ਵਾਹ ਸਾਹਿਬ ਜੀ ਸਾਹਿਬ, ਕਿਆ ਬਾਤ ਹੈ। ਦਰਸ਼ਕ ਵੀਰਿਓ, ਟਾਈਮ ਦੀ ਕਦਰ ਕਰੋ, ਸਮਾਂ ਉਸ ਦੀ ਕਦਰ ਪਛਾਣਦਾ ਜੋ ਸਮੇਂ ਦੀ ਕਦਰ ਨੂੰ ਜਾਣਦੇ ਨੇ। ਲਓ ਜੀ ਬਹੁਤ ਹੀ ਵਧੀਆ ਡਬਲ ਟੱਚ ਦਾ ਇਸ਼ਾਰਾ, ਤੇ ਆ ਫਿਰ ਦੇਖਦੇ ਹਾਂ ਕਾਲਾ ਚੱਲਿਆ ਕਬੱਡੀ ਪਾਉਣ, ਕਾਲੇ ਨੇ ਭਾਜੜਾ ਪਾ ਦਿੱਤੀਆਂ, ਕਾਲਿਆਂ ਦੇ ਨਾਲ ਨੂੰ ਬੜੀ ਬਖਸ਼ ਹੋਈ ਹੈ ਕਬੱਡੀ ਦੇ ਵਿੱਚ ਜੋਬਰੋ, ਤੇ ਲਾ ਦੇਖ ਵੀ ਕਬੱਡੀ ਖੜ ਕੇ ਮੇਰੇ ਵੱਡੇ ਵੀਰ ਗੁਰਮੀਤ ਸਿੰਘ ਜੀ ਐਸ ਆਈ ਸਾਹਿਬ, ਨੌਜਵਾਨ ਸੈਮੀ ਫਾਈਨਲ ਦੇ ਵਿੱਚ ਕੌਡੀਆਂ ਪਾਉਂਦਾ ਹੈ ਕਾਲਾ ਖੜਕ ਸਿੰਘ ਵਾਲੇ ਦਾ, ਬਹੁਤ ਹੀ ਵਧੀਆ ਨਜ਼ਾਰਾ ਮਾਂ ਖੇਡ ਕਬੱਡੀ ਦੇ। ਅੱਜ ਖੇਡ ਮੈਦਾਨ ਦਾ ਰੰਗ ਤੇ ਦਰਸ਼ਕ ਵੀਰਾਂ ਦਾ ਇਕੱਠ, ਸਾਰੇ ਨਗਰ ਦਾ ਸਹਿਯੋਗ, ਤੇ ਚੋਪਰ ਸ਼ਿਕੰਦਰ ਵਾਲਾ ਨੂੰ ਲੋਟ ਜੇ ਕਰਕੇ ਚੱਲੇ ਆ ਕਬੱਡੀ ਪਾਉਣ। ਗੱਲ ਨਸ਼ਿਆਂ ਦੀ ਚੱਲ ਰਹੀ ਸੀ ਕਿ ਉਹ ਮੱਖਣ ਬਰਾੜ ਨੇ ਨਸ਼ਿਆਂ ਦੇ ਵਿਰੁੱਧ ਬੜੇ ਵਧੀਆ ਤਵੇ ਲਾਏ ਨੇ। ਨੌਜਵਾਨ ਵੀਰਿਓ, ਇਹ ਮੇਰੇ ਪੰਜਾਬ ਦੇ ਜਵਾਨੋ, ਬੱਚ ਜੋ ਨਸ਼ਿਆਂ ਤੋਂ ਸੁਣਿਆ ਉਹਨਾਂ ਨੂੰ ਤੁਹਾਡੇ ਜਿਹੜੇ ਜੋਹਰ ਆ ਦਿਖਾ ਸਕੀਏ। ਹਾਂਜੀ, ਸਰਦਾਰ ਤਾਰਾ ਸਿੰਘ ਜੀ, ਸੰਧੂ ਸਾਹਿਬ ਜੀ, ਦੋਨੋਂ ਟੀਮਾਂ ਨੂੰ 20-20 ਸਪੈਸ਼ਲ ਇਨਾਮ ਆ ਗਏ, ਆਓ ਚੁਫਰੋ ਫਿਰ ਗੱਲ ਬਣਨ ਲੱਗੀ ਹੈ। ਮੈਨੂੰ ਵੀ ਲੱਗਦਾ ਵੀ ਦਰਸ਼ਕ ਵੀਰ ਵੀ ਬੜੇ ਧਿਆਨ ਦੇ ਨਾਲ ਸੁਣਦੇ ਹੈ ਇਸ ਦਾਸ ਦੀ ਕਮੈਂਟਰੀ, ਇਹ ਮੇਰੇ ਵੱਡੇ ਵੀਰ ਭਾਈ ਗੁਰਮੀਤ ਸਿੰਘ ਦੀ ਕਿਰਪਾ ਹੈ ਐਸ ਆਈ ਸਾਹਿਬ ਦੀ, ਕਿ ਜਿਹਨਾਂ ਨੇ ਅੱਜ ਤੁਹਾਡੇ ਰੱਬ ਵਰਗੇ ਸਰੋਤਿਆਂ ਦੇ ਗੁਰਮੀਤ ਤੇਰੇ ਕੰਮ ਦੀ ਗੱਲ ਹੈ। ਜਰਮੀਤ ਸਿੰਘ ਐਸ ਆਈ, ਉਹਨਾਂ ਨੇ ਖੁਸ਼ ਹੋ ਕੇ 50 ਰੁਪਏ ਮਤਲਬ ਮੈਨੂੰ ਨੇੜੇ ਨੇ ਬੜਾ ਕਰਦਾ ਹੁਣ ਦਿਖਾ ਹੋ ਗਿਆ ਕਿਲੋ ਕੰਮ ਚਾਹ ਭੇਜੀਏ। ਨਾ ਨਾ ਕੋਈ ਲੋੜ ਨਹੀਂ, ਚਾਹ ਤਾਂ ਬੜੀ ਬੜੀ ਮਾੜੀ ਚੀਜ਼ ਹੈ ਤੇ ਮੁਸੀਬਤ। ਮਖਣੀ ਦਹੀਂ ਤਾਂ ਘਰੋਂ ਗਹਿਰੀ ਲੱਸੀ ਪਈ ਫਸ਼ਾਹਾਂ ਨੇ, ਪਰ ਕੀ ਦੁਨੀਆਂ ਦਾ ਹਾਲ ਫੂਕ ਤੇ ਗੱਭਰੂ ਚਾਹਾਂ ਨੇ। ਆਓ ਸੁਣਿਓ, ਜਿਨ੍ਹਾਂ ਨੇ ਦੁੱਧ ਪੀਤੀ ਹੈ ਉਹੀ ਜੱਫੇ ਲਾਉਂਦੇ ਆ, ਤੇ ਜਿਨ੍ਹਾਂ ਨੇ 2-2 ਲੀਟਰ ਮਾਂਜੀ ਹੈ ਜਿਹੜੇ ਤੜਕੇ ਉੱਠਦੇ ਨੀ ਰਜਾਈਆਂ ਤੇ ਉਹ ਵੀ ਕਰਦੇ ਨਾਲ ਕਿਹੜੀਆਂ ਕਬੱਡੀਆਂ ਤੋੜਦੇ ਹਾਲ ਫੂਕ ਤੇ ਗੱਭਰੂ ਚਾਹਾਂ ਨੇ। ਬਹੁਤ ਹੀ ਵਧੀਆ ਮੁਕਾਬਲਾ ਤੁਸੀਂ ਦੇਖਦੇ ਆ, ਦਿੰਦੀ ਚਾਹ ਬਦਲ ਦਾ ਪੱਟੀ ਪੋਚੀ ਜਾਂਦੀ ਕਰਦੀ ਫੱਟੀ, ਉਹ ਡਬਲ ਟੱਚ ਹੋਈ ਹੈ। ਤੁਹਾਡਾ ਹੀ ਬਣਾਇਆ ਹੋਇਆ ਤਾਂ ਤੁਹਾਡੇ ਚਰਨਾਂ ਦੀ ਖਾਕ ਹੈ ਮੇਰੇ ਵੀਰਿਓ।
ਤੇ ਕਈ ਮੇਰੇ ਵੀਰ ਐ ਸੋਚਦੇ ਆ ਵੀ ਕਈ ਬੰਦਿਆਂ ਨੂੰ ਆਦਤ ਹੁੰਦੀ ਹੈ ਗੱਲ ਕਬੱਡੀ ਦੀ ਵੀ ਚੱਲਣ ਲੱਗੀ ਹੈ, ਇੱਕ ਸਾਈਡ ਤੇ ਹੋ ਕੇ ਮੇਰੀਆਂ ਦੂਜੀਆਂ ਟੀਮਾਂ ਵੀਰਾਂ ਨੂੰ ਖਿਲਾ ਕੇ ਬੇਨਤੀ ਹੈ ਭਗਤੇ ਭਾਈ ਵਾਲਾ ਨੌਜਵਾਨ ਚੱਕਦਾ ਹੈ, ਭਗਤੇ ਭਾਈ ਦੇ ਗੱਭਰੂ ਨੇ ਜੱਫਾ ਲਾ ਦਿੱਤਾ ਹੈ ਇੱਧਰ ਦੇ ਪਾਸਿਓਂ ਸੱਜਣੋ ਤੇ ਆਹ ਚੁੱਪ ਚੱਲਿਆ ਕਬੱਡੀ ਕੌਣ ਸ਼ਮਿੰਦਰ ਭਗਤਾ ਭਾਈ ਵੱਲੋਂ ਠੀਕ ਹੈ ਭਗਤਾ ਭਾਈ ਕਾ ਜੇਤੂ ਰਿਹਾ ਜੀ ਚੀਮਾ ਜੋਧਪੁਰ ਦੇ ਨੌਜਵਾਨਾਂ ਤੋਂ ਬਹੁਤ ਹੀ ਵਧੀਆ ਮੁਕਾਬਲਾ।
ਬਹੁਤ ਹੀ ਵਧੀਆ ਨੌਜਵਾਨ ਹੈ, ਬੜਾ ਸਖ਼ਤ ਮੁਕਾਬਲਾ ਹੈ, ਪਰ ਪੁਆਇੰਟ
ਪਾਸੇ ਖਿਆਲੀ ਬੱਚਿਆਂ ਤੈਨੂੰ ਵਾਲੇ ਵੱਲੋਂ ਘੁੰਮ ਚੜ੍ਹ ਰਿਹਾ ਸੋਹਣਿਆਂ ਨੇ ਤੇਰੀ
ਇੱਕ ਇਹ ਨੌਜਵਾਨ ਸਿਕੰਦਰ ਜਲਾਲ ਤੇ ਲੱਖੀ ਨੌਜਵਾਨ ਬੜੀ ਬੜੀ ਕਰਦਾ ਹੈ ਲੱਖੀ ਪਿੰਡ ਕੁਤਵਾ ਦੀ ਧਰਤੀ ਤੇ ਕਬੱਡੀਆਂ ਪੈ ਜਾਂਦੀਆਂ ਜਿਸ ਦੀ ਕਿ ਸਾਹਮਣੇ ਸੇਬੀ ਸੋਢੀ ਨੌਜਵਾਨਾਂ ਨੇ ਕੰਨੀਆਂ ਬੰਨੀਆਂ ਦੇ ਵਿਚਕਾਰ ਕਾਲਾ ਤੇ ਨੀਡਾ ਮੁਕਾਬਲਾ ਦੇਖਦਾ ਹੈ ਕਿਹੜੇ ਨੌਜਵਾਨ ਦੇ ਨਾਲ ਹੈ ਅੱਖੀ ਕਲੀਆਂ ਗਾਉਂਦੀ ਤਾਂ ਗਾਇਕ ਮੈਂ ਬਹੁਤ ਦੇਖੇ ਕਲੀ ਗਾਇ ਨੀ ਮਾਰ ਕੇ ਜਲਾਲ ਵਰਗੀ ਗੀਤਕਾਰ ਨੇ ਸੱਭਿਆਚਾਰ ਦੀ ਬੜੀ ਸੇਵਾ ਕਰਦੇ ਕੰਮ ਕਿਸੇ ਨਹੀਂ ਨਹੀਂ ਅਜਮੇਰ ਜਲਾਲ ਸੁਪਰ ਸਟਾਰ ਅਜਮੇਰ ਜਲਾਲ ਦਾ ਪੇਂਡੂ ਨੌਜਵਾਨ ਕਬੱਡੀ ਕਬੱਡੀ ਕਰਦਾ ਹੈ ਅੱਗੇ ਤੇਰੇ ਟਿੱਲੇ ਤੋਂ ਇਹ ਸੂਰਤ ਨਹੀਂ ਦੀ ਆਹੀ ਨਹੀਂ ਆ ਦੇਖ ਗੋਲ ਖਾ ਉੱਠਦੀ ਹੈ ਫੁਲਕਾਰੀ ਆਓ ਫੁਲਕਾਰੀ ਨੂੰ ਮਿਲਦਾ ਪਾਉਣ ਲੱਗਿਆ ਨੌਜਵਾਨ ਝੋੜਾ ਵਾਲਾ ਗੱਲ ਚਾਹੀ ਲੱਖੀ ਸਿਆ ਪਾ ਕਬੱਡੀ ਫਿਰ ਵਾਹ ਵੇ ਨੌਜਵਾਨਾਂ ਬਲੇ ਹਾਰੇ ਜਾਵਾਂ ਨੌਜਵਾਨਾਂ ਤੇਰੇ ਸੁਣਦਾ ਨੌਜਵਾਨ
ਸਟੇਜ ਵੱਲ ਹੋ ਜਾਂਦੀ ਆ ਪੈਰ ਵਾਲਾ ਦਰਸ਼ਕ ਵੀਰਾਂ ਦਾ।
ਦਾ ਕੰਮ ਹੈ, ਕੋਈ ਗੱਲ ਨੀ। ਬਹੁਤ ਹੀ ਵਧੀਆ ਮੈਚ ਚੱਲ ਰਹੇ ਹੈ ਸੈਟਰੀ ਸਾਹਿਬ, ਮੇਰੇ ਹਰਮਨ ਪਿਆਰੇ ਤੜਕੇ ਦੇ ਪਰਸੋਂ ਦੇ ਇਹ ਮੈਚਾਂ ਦੀ ਇੰਤਜ਼ਾਰ ਵੀ ਕਰੀ ਸੀ। ਸਾਰੇ ਨਗਰ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਸਾਡੇ ਕੋਲ ਰਾਜ ਸਿੰਘ ਜੀ ਰਹੇ ਸੀ, ਇਹਨਾਂ ਵੱਲੋਂ ਸੱਤੀ ਕੁਮਾਰ ਵਾਲੇ ਵਾਲੇ ਵੱਲੋਂ ਟੀਮਾਂ ਵਾਸਤੇ ਕਹਿੰਦੇ ਆ ਪਿਆਰ ਦੇ ਨਾਲ ਪਿਆਰ ਦੇ ਨਾਲ